ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੀ YouTube ਚੈਨਲ ਪੰਜਾਬੀ ਕਲਾਸ ਸਟੱਡੀ ਵਿੱਚ ਜਿਸਾ ਤੁਹਾਨੂੰ ਪਤਾ ਹੀ ਹੈ ਤੁਹਾਡੀਆਂ ਪ੍ਰੀਵੋਲਟ ਪ੍ਰੀਖਿਆਵਾਂ ਚੱਲ ਰਹੀਆਂ ਹਨ ਤਾਂ ਲੱਗਦਾ ਤੁਹਾਡੇ ਨਾਲ ਸੀ ਪੇਪਰ ਸ਼ੇਅਰ ਕਰਤੇ ਰਹੇ ਨੇ ਵੈਰੀ ਵੈਰੀ ਇੰਪੋਰਟੈਂਟ ਪੇਪਰ ਤਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਅਕ ਸ਼ੇਅਰ ਕਰਨ ਲੱਗੇ ਆਂ ਕਲਾਸ 10ਵੀਂ ਦੇ ਲਈ ਹਿੰਦੀ ਦਾ ਪੇਪਰ ਠੀਕ ਹੈ ਸਟੂਡੈਂਟਸ ਜਿਹੜਾ ਹੈ ਪੇਪਰ ਹੈ ਵੈਰੀ ਵੈਰੀ ਇੰਪੋਰਟੈਂਟ ਪੇਪਰ ਹੈ ਤੁਹਾਡੇ ਲਈ ਅਤੇ ਜਿਹੜਾ ਹੈ ਪੇਪਰ ਹੈ ਤੁਹਾਨੂੰ ਸਾਰੇ ਪੇਪਰ ਦੇ ਇਸ ਤੁਹਾਨੂੰ ਸੋਲੂਸ਼ਨ ਮਿਲੂਗਾ ਇਸ ਵੀਡੀਓ ਵਿੱਚ ਜਿੱਤਾਂ ਹਰ ਰੋਜ਼ ਆਉਂਦੇ ਰਹਿੰਦੇ ਨੇ ਕਿ ਪੇਪਰ ਤੋਂ ਤੁਹਾਡੇ ਪਹਿਲਾਂ ਆ ਤੇ ਫੁੱਲ ਸੋਲਵਡ ਮਿਲਦੇ ਨੇ ਅ ਤੁਹਾਨੂੰ ਸੋਲਵ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਜਿਹੜਾ ਤੁਸੀਂ ਸਮਾਂ ਸੋਲਵ ਕਰਨ ਤੇ ਲਾਉਣੇ ਆ ਉਹੀ ਤੁਸੀਂ ਪੜਨ ਤੇ ਲਾ ਦਿਓ ਠੀਕ ਹੈ ਜੀ ਇਹ ਸਾਡੇ ਵਾਲੇ ਪੇਪਰ ਪੜ ਕੇ ਠੀਕ ਹੈ ਸਟੂਡੈਂਟਸ ਇਹ ਪੇਪਰ ਵੈਰੀ ਵੇਰੀ ਇੰਪੋਰਟੈਂਟ ਪੇਪਰ ਆ ਤੁਸੀਂ ਨੇ ਆਪਣੀ ਤਿਆਰੀ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਾਰਾ ਸਿਲੇਬਸ ਕਰਨਾ ਉਸ ਤੋਂ ਬਾਅਦ ਜਿਹੜਾ ਹੈ ਅਸੀਂ ਪੇਪਰ ਸ਼ੇਅਰ ਕਰਦੇ ਹੁੰਦੇ ਆਂ ਇਹ ਪੜ ਲਿਆ ਕਰੋ ਕਿਉਂਕਿ ਇਹ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਵਿੱਚ ਕੌਨਸਟੈਂਸ਼ਨ ਹੁੰਦੇ ਨੇ ਤਾਂ ਤੁਹਾਡੀ ਪੇਪਰ ਦੀ ਤਿਆਰੀ ਦੀ ਰਾਤੀ ਉਸ ਤੋਂ ਤੁਹਾਨੂੰ ਪਤਾ ਲ ਤੇ ਇਹ ਤੁਹਾਨੂੰ ਅਟਰਨਲ ਅਸੈਸਮੈਂਟ ਹੈ ਸਭ ਤੋਂ ਪਹਿਲਾਂ ਆ ਰਹੇ ਨੇ ਤੁਹਾਨੂੰ ਨੋਟ 5 ਅੰਕ ਸੁੰਦਰ ਲਿਖਾਈ ਕੇ ਦਿੱਤੇ ਜਾਣਗੇ ਠੀਕ ਹੈ ਜੀ 5 ਅੰਕ ਨੇ ਜਿਹੜੇ ਉਹ ਸੁੰਦਰ ਲਿਖਾਈ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਆਪਾਂ ਭਾਗ ਕਹ ਦੇਖ ਲੈਣੇ ਆ ਠੀਕ ਹੈ ਭਾਕ ਚ ਕੀ ਜਗਾ ਚਾਰ ਨਾਰ ਚਾਰ ਕੋਸ਼ਣ ਨੇਗੇ ਤੁਹਾਨੂੰ ਵਨ ਵਨ ਮਾਰਕਸ ਦੇ ਜਿਵੇਂ ਕਿ ਪਹਿਲਾ ਹੈਗਾ 15 ਤੁਹਾਨੂੰ ਆਨਸਰ ਦੱਸਦਨੇ ਆ ਸੂਪ ਪਲਸ ਅੱਲਿਆ ਸਵਧਕਾਰ ਸੰਗ ਸ਼ਬਦ ਚੁਨੇ ਠੀਕ ਹੈ ਜੀ ਸੰਗ ਸ਼ਬਦ ਚੁਣਨਾਗਾ ਇਸ ਦਾ ਹੈਗਾ ਤੁਹਾਡਾ ਖ ਜਾਨੀ ਕਿ ਇਹ ਹੀ ਆ ਗਿਆ ਠੀਕ ਹੈ ਜੀ ਇਸ ਦਾ ਮਿਲਾਨ ਕਰਕੇ ਲਿਖਣਾ ਹੁੰਦਾ ਵੀ ਨਾ ਪਲਸ ਕਰਕੇ ਕਿ ਮੈਂ ਇਹਨਾਂ ਨੂੰ ਜੋੜ ਕੇ ਕਿਹੜਾ ਬਣੂਗਾ ਤਾਂ ਇਹ ਹੀ ਇਹਦਾ ਸਹੀ ਮਣ ਰਿਹਾ ਤਾਂ ਕਿ ਖ ਇਸ ਤੋਂ ਬਾਅਦ ਦੂਜਾ ਤੁਹਾਡਾ ਦਿਨ ਦਿਨੋ ਕੇ ਸਾਥ ਬ੍ਰਿਗੇਕਸ ਸਮਸਤਕ ਪਦ ਹੋਗਾ ਠੀਕ ਹੈ ਜੀ ਇਸ ਦਾ ਉਹ ਤੋਂ ਤੱਕ ਠੀਕ ਹੈ ਜੀ ਤੀਜਾ ਹੈਗਾ ਤੁਹਾਡਾ ਨਿਧਨ ਸ਼ਬਦ ਕੀ ਬਾਵਚਕ ਸੰਗਿਆ ਹੈ ਨਿਧਨ ਸ਼ਬਦ ਕੀ ਬਾਵਚਕ ਸੰਗਿਆ ਦੱਸਣੀ ਹੈ ਤੁਸੀਂ ਨੇ ਕੀ ਹੈ ਕਿ ਇਸ ਦਾ ਹੈ ਕਿ ਤੁਹਾਡੀ ਖ ਜਾਨੀ ਕਿ ਨਿਧਰਤਾ ਠੀਕ ਹੈ ਇੱਕ ਤੁਹਾਡੇ ਲਈ ਨੋਟ ਹੈਗਾ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਕਿ ਪ੍ਰੋਨਾਂਸ ਕਰਨ ਵਿੱਚ ਮੈਨੂੰ ਅਤੇ ਮੈਨੂੰ ਤੋਂ ਇੰਗਲਿਸ਼ ਸੌਰੀ ਹਿੰਦੀ ਬਹੁਤ ਘੱਟ ਆਉਂਦੀ ਹੈ ਤਾਂ ਕਰਕੇ ਜੇਕਰ ਪ੍ਰੋਨਾਂਸ ਕਰਨ ਵਿੱਚ ਜਿਹੜੀ ਗਲਤੀ ਹੋ ਜਾਵੇ ਤਾਂ ਮੈਨੂੰ ਮਾਫ ਕਰਨਾ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਹੈਗਾ ਤੁਹਾਡਾ ਚੌਥਾ ਜੰਗਲ ਸ਼ਬਦ ਦਾ ਪ੍ਰਾਇਵਚੀ ਸ਼ਬਦ ਡੈਸ਼ ਹੈ ਜੰਗਲ ਜੰਗਲ ਦਾ ਪ੍ਰਾਇਵਰੀ ਸ਼ਬਦ ਹੈਗਾ ਤੁਹਾਡਾ 1 ਸੋਰੀ ਬਨਵੀ ਹੈਗਾ ਕਾਨਨ ਵੀ ਹੈਗਾ ਠੀਕ ਹੈ ਜੀ ਅ ਰਨੂਗੀ ਵੀ ਹੈਗਾ ਇਸ ਦਾ ਹੈਗਾ ਤੁਹਾਡਾ ਸਭੀ ਯਾਨੀ ਕਿ ਗੱਡ ਠੀਕ ਹੈ ਜੀ ਦੇ ਇਸ ਤੋਂ ਬਾਅਦ ਤੁਹਾਡੇ ਜਿਹੜੇ ਚਾਰ ਕੰਪਲੀਟ ਹੋ ਗਏ ਇਸ ਤੋਂ ਆਪਾਂ ਦੇਖ ਲਈਏ ਕਿ ਨੈਕਸਟ ਆ ਰਹੇ ਨੇ ਤੁਹਾਡੇ ਚਾਰ ਇਹ ਵੀ ਤੁਹਾਡੇ ਬੂਲਿਕ ਪ੍ਰੈਕਟਿਸ ਨਹੀਂ ਕਿੰਨੇ ਚ ਵੀ ਇੱਕ ਚੂਜ਼ ਕਰਨਾਗਾ ਤਾਂ ਆਪਾਂ ਇਹ ਦੇਖ ਲੈਣੇ ਹੈਗੇ ਤਾਂ ਇਹ ਹੈਗਾ ਤੁਹਾਡਾ ਉਰੋਂ ਠੀਕ ਹੈ ਜੀ ਜਿਵੇਂ ਕਿ ਪਹਿਲਾ ਹੈਗਾ ਆਪਾਂ ਜਲਦੀ ਇਹਨਾਂ ਤੁਹਾਨੂੰ ਆਨਸਰ ਕਰ ਦਿੰਨੇ ਨੀਤੀ ਕਿ ਦੂਹਰੇ ਕਵਿਤਾ ਕੀ ਆਧਾਰ ਪਰ ਬਤਾਏ ਕਿ ਸੱਚਾ ਮਿੱਤਰ ਕੀ ਕਿਹੜਾ ਪਹਿਚਾਨ ਹੈ ਸੱਚੇ ਮਿੱਤਰ ਕੀ ਪਹਿਚਾਨ ਕਿਹ ਹੈ ਹੋਤੀ ਹੈ ਉਹ ਬੋਤਣੀ ਹੈ ਠੀਕ ਹੈ ਜੀ ਇਸ ਦਾ ਉਹ ਤੁਹਾਡੇ ਖ ਜਾਨੀ ਕਿ ਜੋ ਹਰ ਵੇਲੇ ਮੇਂ ਸਾਥ ਦੇ ਠੀਕ ਹੈ ਜੀ ਇਸ ਤੋਂ ਬਾਅਦ ਉਹਦਾ ਸੈਕੰਡ ਇਸ ਦਾ ਆਨਸਰ ਆਏਗਾ ਵੀ ਜਿਹੜਾ ਤੁਹਾਡੇ ਸਮੇਂ सेकंड हम राज्य के लिए मरते हैं कविता में उर्मिला किसकी प्रशंसा कर कर रही है किसकी प्रशंसा कर रही है हम राज्य के लिए मरते हैं कविता में उसका आएगा आपका यानी कि ग यानी कि किसानों की कर रही है ठीक है जी इस का तीजा पाठ के आधार पर बताए कि बूढ़े मोहन सिंह का नीम का पेड़ किसने पास गिरबित था ठीक है जी किसने कब्जा किया हुआ था तो उसका है तो इसका आएगा इसका आएगा थोड़ा तो क यानी कि ठाकुर शिवपाल सिंह के पास था ठीक है जी ਇਸ ਤੋਂ ਬਾਅਦ ਤੁਹਾਡਾ ਹੈਗਾਗਾ ਚੌਥਾ ਮਾਂ ਦਾ ਕਮਰਾ ਲੇਖੋ ਕਥਾ ਕੀ ਆਧਾਰ 'ਤੇ ਬਤਾਏਗੀ ਬੰਸੀ ਕੀ ਪਰੋਸ਼ਨ ਕੌਣ ਸੀ ਬੰਸੀ ਕੀ ਪਰੋਸ਼ਨ ਕੌਣ ਸੀ ਇਸ ਦਾ ਹੈਗਾ ਤੁਹਾਡਾ ਯਾਨੀ ਕਿ ਰੇਸ਼ਮਾ ਠੀਕ ਹੈ ਜੀ ਰੇਸ਼ਮਾ ਇਸ ਦਾ ਕਰੈਕਟ ਆਨਸਰ ਆ ਤੁਸੀਂ ਨੋਟ ਕਰ ਲੈਣਾ ਇਸ ਤੋਂ ਬਾਅਦ ਤੁਹਾਡੇ ਚਾਰ ਆਪਾਂ ਕੰਪਲੀਟ ਕਰਵਾ ਦੇ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਤੁਹਾਡਾ ਆ ਰਿਹਾਗਾ ਪ੍ਰਦਿਆਨਸ ਕਿਸ ਆਧਾਰ 'ਤੇ ਬਤਾਏ ਇਹਨਾਂ ਦੇ ਪ੍ਰਦਿਆਨਸ 'ਤੇ ਪੜ ਕੇ ਠੀਕ ਹੈ ਜੀ ਇਹਨਾਂ ਦੇ ਆਨਸਰ ਦੱਸਣੇ ਨਹੀਂ ਵੀ ਤੁਹਾਡਾ ਚਾਰ ਮਾਰਕਸ ਦਾ ਤਾਂ ਭਾ ਤੁਹਾਨੂੰ ਦੱਸ ਦਨੇ ਸਭ ਤੋਂ ਪਹਿਲਾਂ ਆਪਾਂ ਆਨਸਰ ਤਾਂ ਜਿਵੇਂ ਕਿ ਪਹਿਲਾ ਆਨਸਰ ਆ प्रसंग प्रसं संतुत पंक्तियाँ कौन सी कविता में से ली गई हैं कौन सी कविता में से ली गई हैं यह है कि तो हम राज्य के लिए मरते हैं क्योंकि आ दत्ता भी हम राज्य के लिए मरते हैं इस तो इस कविता इस तुवा बाद सैकेंड आ राज राज्य कौन करते हैं ठीक है जी कौन करते हैं इसका होगा ग यानी कि ਕਿਸਾਨ ਕਰਤੇ ਹਨ ਇਸ ਤੋਂ ਬਾਅਦ ਹੈਗਾ ਤੁਹਾਡਾ ਤੀਜਾ ਅਧਿਆਇਸ਼ ਵਿੱਚ ਆਏ ਕ੍ਰਿਸ਼ੀਅਨ ਸ਼ਬਦ ਦਾ ਕੀ ਅਰਥ ਹੈ ਇਸ ਦਾ ਅਰਥ ਦੱਸਣਾ ਇਸ ਦੇਗਾ ਤੁਹਾਡਾ ਕਿਸਾਨ ਠੀਕ ਹੈ ਜੀ ਇਸ ਦਾ ਤੁਹਾਡਾ ਅਰਥ ਕਿਸਾਨ ਠੀਕ ਹੈ ਜੀ ਤਾਂ ਨੋਟ ਕਰ ਲਓ ਇਸ ਤੋਂ ਬਾਅਦ ਹੈਗਾ ਤੁਹਾਡਾ ਚੌਥਾ ਉਪਜੁਗਤ ਪਦਿਆਸ ਦਾ ਕੇਂਦ੍ਰਿਤ ভাব ਕੀ ਹੈ ਕੇਂਦਰੀ ਭਾਵ ਦੱਸਣਾ ਤੁਸੀਂ ਨੇ ਕੀ ਹੈ ਇਸ ਦਾ ਹੈਗਾ ਤੁਹਾਡਾ ਸਾਨੂੰ ਕਿ ਜੀਵਨ ਕੀ ਪ੍ਰਸ਼ੰਸਾ ਠੀਕ ਹੈ ਜੀ ਇੱਕ ਤੁਹਾਨੂੰ ਛੋਟੀ ਜਿਹੀ ਰਿਕਵੈਸਟ ਹੈ ਕਿ ਜੇਕਰ ਹਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਤੁਹਾਨੂੰ ਇਸ ਵੀਡੀਓ ਵਿੱਚ ਫੁੱਲ ਸੋਲਵਡ ਪੇਪਰ ਮਿਲਣ ਜਾ ਰਿਹਾ ਹੈ ਇਹ ਠੀਕ ਹੈ ਸਟੂਡੈਂਟਸ ਦਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਕਿਉਂਕਿ ਵਿਦਿਆਰਥੀ ਉਹਨੇ ਸਕਿੱਪ ਕਰ ਜਾਂਦੇ ਨੇ ਸਕਿੱਪ ਕਰਨ ਵਿੱਚ ਤੁਹਾਡੇ ਨੁਕਸਾਨ ਹੈ ਕਿ ਵਿਦਿਆਰਥੀ ਕਹ ਰਹੇ ਹੁੰਦੇ ਨੇ ਕਿ ਅਸੀਂ ਕੱਲ ਵੀਡੀਓ ਦੇਖਣੀ ਭੁੱਲ ਗਏ ਅਤੇ ਵੀਡੀਓ ਅਸੀਂ ਸ਼ੁਰੂ ਤੋਂ ਦੇਖ ਕੇ ਅਸੀਂ ਦਾ ਨੀਚੇ ਕਮੈਂਟ ਆਉਂਦੇ ਹੁੰਦੇ ਨੇ ਕਿ ਤਾਂ ਉਸ ਤੋਂ ਬੈਟਰ ਹੈ ਕਿ ਤੁਸੀਂ ਇਹ ਪੇਪਰ ਆਪਣੇ 10 ਮਿੰਟ ਕੱਢ ਕੇ ਇਹ ਪੜ੍ਹ ਕੇ ਜਾਓ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆ ਗਿਆ ਤੁਹਾਡਾ ਨਿਮ੍ਰਿਤ ਰਬਹੁਲੇ ਪ੍ਰਸ਼ਨੋ ਕੀ ਉੱਤਰ ਦੇ ਬਹੁਲੇ ਕੇ ਪ੍ਰਸ਼ਨੋ ਕੀ ਉੱਤਰ ਦੇਣੇ ਨੇ ਇਹ ਵੀ ਤੁਹਾਨੂੰ ਦਿੱਤੇ ਗਏ ਨੇਗੇ ਇੱਕ ਇੱਕ ਮਾਰਕਸ ਦੇ ਜਿਵੇਂ ਕਿ ਜੀਵਰ ਆਨਾ ਮੁਹਾਵਰੇ ਕਾ ਅਰਥ ਕੀ ਹੈ ਜੀਵਰ ਆਨਾ ਮੁਹਾਵਰੇ ਦਾ ਅਰਥ ਦੱਸਣਾ ਤੁਸੀਂ ਇਸ ਦਾ ਹੈਗਾ ਡ ਜਾਨੀ ਕਿ ਮਨਮ ਬਹ ਲਾਲ ਹੋਣਾ ਠੀਕ ਹੈ ਜੀ ਇਸ ਤੋਂ ਬਾਅਦ ਦੂਜਾ ਹੈਗਾ दूध का छूला मुहावरा का क्या अर्थ है इस दू थ जानी कि डि कि बिल्कुल निर्दान बिल्कुल सि निर्दान कुछ मर्जी लिखा है देख सकते हो इस बार तो तीजा करना गा कर दरिया में डाल लौकी का का अर्थ है लोकोक्ति का क्या अर्थ है दसना गा इसका है जा कि ख ਜਾਨੀ ਕਿ ਆਪਾਂ ਕਿਸੇ ਦਾ ਉਪਕਾਰ ਕਰਨੇ ਉਸ ਜਤਾਨਾ ਨਹੀਂ ਚਾਹੀਏ ਠੀਕ ਹੈ ਜੀ ਇਸ ਤਰ੍ਹਾਂ ਤੁਹਾਡੇ ਨੇ ਕੰਪਲੀਟ ਹੋ ਰਹੇ ਨੇ ਇਸ ਤੋਂ ਬਾਅਦ ਤੁਹਾਡਾ ਆ ਗਿਆ ਪਦਿਆਸ ਕੋ ਵਰਕਰ ਇਹਨਾਂ ਦੇ ਉੱਤਰ ਦੇਣੇ ਨੇ ਠੀਕ ਹੈ ਜੀ ਇਹ ਉੱਤਰ ਤੁਸੀਂ ਨੇ ਇੱਕ ਇੱਕ ਲਾਈਨ ਵਿੱਚ ਲਿਖਣੇ ਨੇਗੇ ਤਾਂ ਇਹ 5 ਨੰਬਰ ਦਾ ਠੀਕ ਹੈ ਜੀ ਤਾਂ ਇਹ ਤੁਸੀਂ ਨੇ ਪੜ ਲੈਣਾਗਾ ਪੰਜਾਬੀ ਇਸ ਤੋਂ ਪਹਿਲਾਂ ਪੜਨਾਗਾ ਇਸ ਤੋਂ ਬਾਅਦ ਤੁਸੀਂ ਆਪਣੇ ਆਪ ਕਰਕੇ ਦੇਖ ਲੈਣ ਇੱਕ ਵਾਰੀ ਤੁਹਾਨੂੰ ਆਪਾਂ ਆਨਸਰ ਵੀ ਦੱਸ ਦਿੰਨੇ ਇਹਨਾਂ ਦੇ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋਗੇ ਪਹਿਲਾ ਪ੍ਰਸ਼ਨ ਆਗਾ ਜਿਵੇਂ ਕਿ ਚਾਰੋਂ ਵੇਂਦਰੋਂ ਕੀ ਰਚਨਾ ਕਹਾ ਹੋਈ ਠੀਕ ਹੈ ਜੀ ਕਹਾ ਹੋਈ ਸੀ ਕੀ ਦੱਸਦੇ ਤੁਹਾਨੂੰ ਹਾਂਜੀ ਸਟੂਡੈਂਟਸ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸਦੇ ਆਨਸਰ ਇਹ ਉਰੇ ਦਿੱਤੇ ਗਏ ਨੇ ਕਿ ਤੁਸੀਂ ਦੇਖ ਸਕਦੇ ਜਿਵੇਂ ਕਿ ਆਪਾਂ ਪਹਿਲਾ ਆ ਰਿਹਾ चारों बेदों की रचना कहाँ हुई चारों बेदों की रचना कहाँ हुई स पंजाब की धरती पर चारों बेदों की रचना हुई ठीक है पंजाब की धरती पर ठीक है तुम इस तरह भी आंसर लिख पंजाब की धरती पर इस तुद्ध थोड़ा सैकेंड आ पंजाब के प्रमुख इतिहासिक स्थल कौन से हैं इस स्थल कौन से हैं धार्मिक स्थल दस रहे हैं धार्मिक जानकारी जगह खेड़िया के है आनंदपुर साहब आठ ठीक है जी तो फतेहगढ़ साहब है कीरतपुर साहब है गा साहब आदि पंजाब में ਸਟਿਲ ਹੈ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡਾ ਪ੍ਰਸ਼ਨ ਬ ਚੀਜਾ ਗਿਆ ਇਹ ਤੁਹਾਡੇ ਜਿਹੜੇ ਅਨਸਰ ਨੇਗੇ ਸਾਰੇ ਤੁਹਾਨੂੰ ਪੱਧਿਆਸ਼ ਵਿੱਚ ਬੇਰੇ ਬੇਰੇ ਕਲੀਅਰ ਹੋ ਜਾਣਗੇ ਕਿਉਂਕਿ ਇਹ ਬਿਲਕੁਲ ਸਿੰਪਲ ਹੈਗਾ ਪੰਜਾਬ ਕੇ ਪ੍ਰਮੁੱਖਇ ਤਿਹਾਰ ਕੌਣ ਸੀ ਪ੍ਰਮੁੱਖਇ ਤਿਹਾਰ ਦੱਸਨੇ ਲੋੜੀ ਹੈਗਾ ਬੈਸਾਖੀ ਆ ਹੋਲੀ ਆ ਦਸਹਿਰਾ ਹੈਗਾ ਤੇ ਪਾਵਲੀ ਆਦੀ ਪੰਜਾਬ ਕੇ ਪ੍ਰਮੁੱਖਇ ਤਿਉਹਾਰ ਹਨ ਠੀਕ ਹੈ ਜੀ ਤਾਂ ਜਿਵੇਂ ਜਿਵੇਂ ਕੀ ਤੁਹਾਨੂੰ ਉੱਤੇ ਦਿੱਤਾ ਹੋਇਆ ਬੰਦਿਆਂ ਉਸ ਤਰ੍ਹਾਂ ਹੀ ਤੁਸੀਂ ਲਿਖਣਾ ਹੈਗਾ ਪ੍ਰਸ਼ਨ ਬ ਚੌਥਾ ਆ ਰਿਹਾ ਸਤਰਾਹੀਨ ਅਤੇ ਅਪਾਵਲੀ ਦੇ ਸ਼ਬਦ ਕੇ ਅਰਥ ਲਿਖੇ ਇਹਨਾਂ ਦੇ ਅਰਥ ਦੱਸਨੇ ਨੇ ਠੀਕ ਹੈ ਜੀ ਰਾਖਨੀਆਂ ਇਸ ਦਾ ਹੈਗਾ ਤੁਹਾਡਾ ਆਪਰੇਸ਼ਨ ਨੀਆਂ ਇਸ ਇਸ ਦਾ ਹੈਗਾ ਤੁਹਾਡਾ ਤੁਹਾਡਾ ਪ੍ਰਸੰਤਾ ਹੋਰ ਤਿਹਾਰ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਡਾ ਪੰਜਵਾਂਕ ਜਿਵੇਂ ਕੀ ਪ੍ਰਸ਼ੰਗ ਪੰਜਾਸਕ ਅਚਿਤ ਸ਼ਿਗਰੀਆ ਲਿਖੀਏ ਅਚਿਤ ਸ਼ਿਗਰੀਆ ਲਿਖਣਾਗਾ ਇਸ ਦਾ ਤੁਹਾਨੂੰ ਸ਼ਿਗਰੀ ਦੱਸ ਦਿੱਤਾ ਤੁਹਾਨੂੰ ਕੀ ਆ ਇਸ ਦਾ ਹੋਊਗਾ ਤੁਹਾਡਾ ਆਨਸਰ ਇੱਕ ਵਾਰ ਤੁਹਾਨੂੰ ਅਸੀਂ ਬੋਲ ਕੇ ਦੱਸ ਦਿੰਦੇ ਹਾਂ ਤੁਸੀਂ ਨੋਟ ਕਰ ਲੈਣਾ ਇਸ ਦਾ ਨਾ ਸ਼ਿਗਰੀਆ ਹੈਗਾ ਉਹ ਹੈਗਾ ਪੰਜਾਬ ਕੀ ਮਹਾਨ ਸ਼ਕਤੀ ਠੀਕ ਹੈ ਜੀ ਪੰਜਾਬ ਕੀ ਮਹਾਨ ਸ਼ਕਤੀ ਠੀਕ ਹੈ ਇੱਕ ਵਾਰ ਤੁਹਾਨੂੰ ਆਪਾਂ ਪੈਰਾਗ੍ਰਾਫ ਚ ਵੀ ਦੱਸ ਦਿੰਦੇ ਹਾਂ ਕਿੱਥੇ ਆਏ ਆਂਸਰ ਤੁਹਾਨੂੰ ਮਿਲੂਗਾ ਹਾਂਜੀ ਇਸ ਨਾਲ ਤੁਹਾਡਾ ਜਿਹੜਾ ਪੈਰਾਗ੍ਰਾਫ ਹੀ ਕੰਪਲੀਟ ਹੁੰਦਾ ਵਿਦਿਆਨਸ ਪੜ੍ਹ ਕੇ ਇਸ ਤੋਂ ਬਾਅਦ ਆਏ ਨੇ ਤੁਹਾਡੇ ਚੌਥੇ ਨੰਬਰ ਤੇ ਨਿਮਨਲਿਖਤ ਪ੍ਰਸ਼ਨੋ ਕੀ ਉੱਤਰ ਦੇ ਨਿਖੇ ਉੱਤਰ ਦੇਣੇ ਨੇ ਇਹਨਾਂ ਦੇ ਇਹ ਸੇਣੀ ਕਿ ਤੁਹਾਡੇ ਆਪਾਂ ਪਹਿਲੇ ਦੱਸਦੇ ਨੇ ਉੱਤਰ ਤੁਹਾਨੂੰ ਕੀ ਹੈਗਾ ਇਹ ਸਹੀ ਜਾਂ ਗਲਤ ਦੱਸਣਾ ਹੈ ਜਿਵੇਂ ਕਿ ਪਹਿਲਾ ਪਰਪਲ ਸ਼ਬਦ ਦਾ ਵਿਸ਼ੇਸ਼ਣ ਸ਼ਬਦ ਪਰਵਿੱਤੀ ਪਰਵਿੱਤੀ ਹੈ ਹਾਂਜੀ ਇਹ ਤੁਹਾਡਾ ਹੈਗਾ ਜਿਹੜਾ ਯਾਨੀ ਕਿ ਸਹੀ ਯਾਨੀ ਕਿ ਇਹਦਾ ਸਹੀ ਆਜੂਗਾ ਇਸ ਤੋਂ ਬਾਅਦ ਤੁਹਾਡਾ ਸੈਕੰਡ ਆ ਪਰਿਮਾਨ ਪਰਮਾਨ ਨਾਮ ਪਰਿਮਾਨ ਪ੍ਰਿਨਾਮ ਸ਼ਬਦ ਕੇ ਕਸ਼ੇਸ ਅਰਥ ਮਾਨ ਨਾ ਪਨਤੀਜਾ ਹੈ ਹਾਂਜੀ ਇਹ ਤੁਹਾਡਾ ਹੈਗਾ ਹਾਂ ਯਾਨੀ ਕਿ ਇਹ ਸਹੀ ਆ ਹਾਂ ਲਿਖੋ ਇਸਦਾ ਤਾਂ ਤੀਜਾ ਹੈਗਾ ਤੁਸੀਂ ਜਿਵੇਂ ਕਿ ਇਹਨਾਂ ਨੇ ਦੱਸਿਆ ਹੋਇਆ ਹੈਗਾ ਵੀ ਨੇ ਤੁਸੀਂ ਹਾਂ ਲਿਖਣਾ ਹੈ ਇਸਦਾ ਸਹੀ ਗਲਤ ਲਿਖਣਾ ਜੇਕਰ ਤੁਸੀਂ ਇਹਨਾਂ ਨੂੰ ਉਲਟ ਕਰਿਆਉਂਗੇ ਵੀ ਇਸ ਦੀ ਜਗ੍ਹਾ ਤੁਸੀਂ ਸਹੀ ਲਿਖਤਾ ਤਾਂ ਗਲਤ ਹੋ ਜਾਏਗਾ ਤੁਹਾਡਾ ਤਾਂ ਇਸਦਾ ਹਾਂ ਹੀ ਲਿਖਣਾ ਠੀਕ ਹੈ ਜੀ ਇਸ ਤੋਂ ਬਾਅਦ ਤੀਜਾ ਹੈਗਾ ਜਿਸ ਦਾ ਪਤੀ ਮਰ ਗਿਆ ਹੋ ਕੇ ਲਈਏ ਕਿ ਇੱਕ ਸ਼ਬਦ ਡੈਸ਼ ਹੈ ਕੀ ਸ਼ਬਦ ਹੁੰਦਾ ਉਹ ਤੁਹਾਨੂੰ ਪਤੀ ਹੈ ਵਿਧਵਾ ਯਾਨੀ ਕਿ ਤੁਹਾਨੂੰ ਸਪੈਲਿੰਗ ਵੀ ਲਿਖ ਕੇ ਦਿਖਾ ਲੈਣੀ ਆ ਇਸਦਾ ਜੋ ਤੁਹਾਡਾ ਇਸ ਤਰ੍ਹਾਂ ਸਪੈਲਿੰਗ ਠੀਕ ਹੈ ਜੀ ਬੇਦਵਾ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆ ਰਿਹਾ ਤੁਹਾਡਾ ਜਾਨੀ ਕਿ ਫੋਰਥ ਇਹ ਇਨਸਾਨ ਸ਼ਬਦ ਦਾ ਬਿਲੋਂਗਸ ਆਫ ਦ ਇਨਸਾਨ ਦਾ ਬਿਲੋਂਗਸ ਆ ਤੁਹਾਨੂੰ ਪਤਾ ਹੋਊਗਾ ਹਬਨ ਠੀਕ ਹੈ ਜੀ ਇਸ ਦਾ ਤੁਹਾਨੂੰ ਸਪੈਲਿੰਗ ਵੀ ਦੱਸਾ ਦਿੰਦੇ ਹਾਂ ਇਸ ਦਾ ਜੀ ਤੁਹਾਡਾ ਸਪੈਲਿੰਗ ਹਬਾਨ ਠੀਕ ਹੈ ਜੀ ਤੇ ਇਸ ਦਾ ਆਨਸਰ ਇਹ ਹੈ ਤਾਂ ਇਸ ਤੋਂ ਬਾਅਦ ਤੁਹਾਡਾ ਆ ਗਿਆ ਪੰਜਵਾਂ ਪੰਜਵਾਂ ਕੀ ਹੈਗਾ ਫਲ ਸ਼ਬਦ ਦਾ ਸਹੀ ਅਰਥ ਕੇ ਸਾਥ ਮਿਲਾਨ ਕਰੇ ਸਹੀ ਅਰਥ ਦੱਸਣਾ ਹੈ ਦਾ ਇਹ ਤੁਹਾਨੂੰ ਦੱਸਦਣੇਗੇ ਇਸ ਜਗ੍ਹਾ ਤੁਹਾਡਾ ਪ੍ਰਿਨਾਮ ਜਾਨੀ ਕਿ ਗ ਇਸ ਦਹਿਗਾ ਤੁਹਾਡਾ ਪ੍ਰਣਾਮ ਇਸ ਤੋਂ ਬਾਅਦ ਤੁਹਾਡਾ ਆ ਗਿਆ ਹੈ ਸਿਮ ਮuje ਬਾਰੀ ਪਿਆਸ ਲੱਗੀ ਹੋਈ ਹੈ ਬਾਕੀਆਂ ਕੇ ਸੁੱਧਿਆ ਕਰਕੇ ਲਿਖੇ ਮuje ਬਹੁਤ ਪਿਆਸ ਲੱਗੀ ਹੋਈ ਹੈ ਠੀਕ ਹੈ ਜੀ ਮuje ਬਾਰੀ ਕਿ ਜਗਾ ਕੇ ਬਾਰੀ ਜਦ ਇਹਦੇ ਉੱਤੇ ਤੁਹਾਡਾ ਆ ਜੂਗਾ ਬਹੁਤ ਯਾਨੀ ਕਿ ਮuje ਬਹੁਤ ਪਿਆਸ ਲੱਗੀ ਹੋਈ ਹੈ ਠੀਕ ਹੈ ਜੀ ਸਟੂਡੈਂਟਸ ਤਾਂ ਇਹ ਤੁਹਾਨੂੰ ਆਪਾਂ ਚਾਰ ਕੰਪਲੀਟ ਕਰਵਾਇਨੇ ਕਿਉਂਕਿ ਇਸ ਤੋਂ ਬਾਅਦ ਆ ਰਹੇ ਨੇ ਤੁਹਾਡੇ ਵੱਡੇ ਕੁਐਸਚਨ ਠੀਕ ਹੈ ਜੀ ਜਿਹੜੇ ਵੱਡੇ ਕੁਐਸਚਨ ਰਹਿ ਗਏ ਤੇ ਜਿਹੜੇ ਤੁਹਾਡੀ ਲੈਟਰ ਰਹਿ ਗਿਆ ਤੇ ਐਸ.ਟੀ.ਓ.ਸੀ. ਵਗੈਰਾ ਰਹਿ ਗਿਆ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਕਲੀਅਰ ਕਰਾਂਗੇ ਇਹ ਵੀਡੀਓ ਦਾ ਤੁਹਾਡਾ ਹੈਗਾ ਸੀ ਕਿ ਫਸਟ ਪਾਰਟ ਠੀਕ ਹੈ ਜੀ ਪੇਪਰ ਦਾ ਸੈਕੰਡ ਪਾਰਟ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲ ਰਿਹਾ ਤੇ ਸੈਕੰਡ ਪਾਰਟ ਦਾ ਲਿੰਕ ਆਪਾਂ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਉੱ अपना ਇਸ ਪੇਪਰ ਦਾ ਸੈਕੰਡ ਪਾਰਟ ਦੇਖ ਸਕਦੇ ਹੋ ਠੀਕ ਹੈ ਸਟੂਡੈਂਟਸ ਅੱਜ ਦੀ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਅਤੇ ਅਗਲੀ ਵੀਡੀਓ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਠੀਕ ਹੈ ਜੀ ਲਿੰਕ ਅਪ ਨੀਚੇ ਦੇ ਦਾਂਗੇ ਤਾਂ ਜਿਹੜਾ ਤੁਹਾਨੂੰ ਇਸ ਪੇਪਰ ਦਾ ਪੀਡੀਐਫ ਚਾਹੀਦਾ ਪੀਡੀਐਫ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਤੇ ਮਿਲ ਜੂਗਾ ਟੈਲੀਗ੍ਰਾਮ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੁਣੇ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਸਟੂਡੈਂਟਸ ਤਾਂ ਅਓ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਤਦ ਤੱਕ ਲਈ ਧੰਨਵਾਦ